तेरी हैंड ब्रेक दा ताजा व्याह। आज मेरी बेगम बच्ची दा व्याह आया। मैं तो तेरे काका निगाह खाना भला कर पुत्त ओए। ओ रहण दे भाई, मुबारक होवे भरावा। भरावा दिल ते हाथ रख ला, मैं निकाह खान ले आया। हुण हाथ दिल ते ही रखना वा। अपना निकाह खान साहब। चाचा जी अस्सलाम वालेकुम। सोने सोने इन्हां नूं ना पता लगे तेरी पंपां दी दुकान नहीं दसणा वे। उहनां नूं इही पता लगे तू निकाह खान ही आ। हां जी हां जी। हैं इहनूं समझा यार। इहनूं क्यों लियांदा वा यार? यार घर दी गल घर च रह जाएगी। गल ए आ के चौधरी साहब जिहड़े आ ना अपनी बुढ़ी दा दूसरा विआह करन लगे आ। अच्छा। ये गल पिंड च किसे नूं पता ना लगे तां तेनूं लियांदा वा। ते पंपां पुंपां वाली इत्थे कोई गल नहीं करदी, निकाह कराउणा। जिम्मे गल पंप दी करने नहीं, कड्ढना ते पाणी ही आ। एल रेडीमेड मूड़ा समझ रहे थे। अच्छा किधर गल कर रहे? खोते दिया मुफ्त चुमिया ला लिया। सुहाग राती गंदी टाकी हुंदी। गल साला इहदी आ जिवे अग दे कोल बैठा है। अगर साह लैण च कोई प्रॉब्लम हुंदी है तां मैनूं दस्सो, मैं नक माड़ा तां चुक लां। गल इदां नजरिया दी बकरी हुंदी आ वी इह बच्ची दी शादी है जी? हां जी हां जी। अच्छा अच्छा माशाल्लाह। ते बच्ची दा नाम की है जी? रुखसाना। नहीं नहीं खाला जी सही दसो, सही दसो। ओ भाई रुखसाना ना आ। रुखसाना 1200 रुपया महाना। गल इस तरह वा वी बच्ची दा नाम रुखसाना जी, पहले शादी हुई है जी? हां जी। ओए ओ जजीद दा जवाई हुंदा खुरकला कुत्ता हुंदा। गल ए आ माशाल्लाह। वैसे अनजान बंदा गल ए आ, आपस दी गल आ जी। अनजान बंदा गुड़ वाले चौल बनावे ना, बहुता पानी पा के इदां बह जांदे चौल। ਸਾਡੀ ਵਾ ਏ ਸਾਲੇ ਦੇ ਨੈਣ ਨਖੇ ਆਰਾਮ ਕਰਨ ਰਹੇ ਆ। ਕਿਵੇਂ ਜੀ? ਅੱਛਾ ਚਲੋ ਨਾਮ ਦੱਸੋ। ਟੱਠੀ ਮਿਲਦਾ ਚੌਂਕੀਦਾਰ ਹੁੰਦਾ, ਕਹਿਣ ਦਾ ਮਕਸਦ ਇਹ ਆ। ਰੁਖਸਾਨਾ। ਲਓ ਜੀ ਨਿਕਾਹ ਸ਼ੁਰੂ ਕਰਾ। ਹੈਲੋ ਚਲੋ ਜੀ ਨਿਕਾਹ ਸ਼ੁਰੂ ਕਰੋ। ਲਓ ਜੀ ਨਿਕਾਹ ਸ਼ੁਰੂ ਕਰਨ ਤੋਂ ਪਹਿਲੇ ਇਜਾਜ਼ਤ ਆ ਜੀ? ਇਜਾਜ਼ਤ। ਓਕੇ ਲਾ। ਓ ਭਾਈ ਨਾ ਰੋਕੀ ਜਾ, ਓ ਨਾ ਰੋਕੀ ਜਾਣਦੇ बहुत वड्डा बोर पहले निकलिया होना। सारी बोकी पार्टी हुई है जी। बोकी पार्टी नहीं जी, तुसी इदां करो माड़ा जिहा मूंह ला के देख लो, जे तां रेत आउण डई बोकी पार्टी आ, नहीं तां नहीं पार्टी।
ਹੈ ਕੌਣ ਹੈ ਇਹ ਮਰੀਮ ਔਰੰਗਜ਼ੇਬ ਜੀ ਆ ਬਣ ਜਾਇਆ ਹੋਰਾ ਵੀ ਦਰਮ ਚਲੋ ਭਾਈ ਨਿਕਾਹ ਪੜਾਓ 180 ਮੀਂਗਣਾ ਦਾ ਪੈਕਟ ਹੁੰਦਾ ਨਿਕਾਹ ਪੜਾਓ ਸਾਈਕਲ ਦੀ ਗੰਦੀ ਚੈਨ ਹੁੰਦੀ ਹੈ ਕਹਿਣ ਦਾ ਮਕਸਦ ਇਹ ਹੈ ਉਹ ਬਿਜਲੀ ਦੇ ਬਿੱਲ ਤੋਂ ਕਰੰਟ ਪਿਆ ਹੁੰਦਾ ਉਹ ਨਿਕਾਹ ਹੋ ਰਹਿੰਦੇ ਕਿਸੇ ਦੀ ਹਿਸ਼ਿਆਰੀ ਤੇ ਮਾਣ ਕੀਤਾ ਹੁੰਦਾ ਉਹ ਤੂੰ ਵੀ ਚੁੱਪ ਕਰ अच्छा जी बच्ची का नाम है रखसाना बलदे बलदैये तस्लीम बास ओ भाई रिक्शा ये बच्ची के ब्याह नु कितनी देर हो गई पहले नु छे साल ब्याह पहले नु हो गया आ जरा नवा कराउंदे इस करके ना तुसी टर्न वाल जरूर लाउणा वा ਫੁੱਟ ਪੈਪ ਪੈਣਾ ਜੀ ਭਾਈਆਂ ਨੇ ਜੇ 200 ਫੁੱਟ ਪੈਪ ਇਹਨੇ ਪਾਉਣਾ ਵਾ ਤੇ ਅਸੀਂ ਪੈਪ ਕਿੱਥੇ ਪਾਉਣਾ ਵਾ ਜੀ 200 ਤੋਂ ਬਾਅਦ ਤਾਂ ਭਾਈ ਨੂੰ ਪੈਪ ਤਾਂ 200 ਫੁੱਟ ਪੈਪ ਤਾਂ ਸਾਰਾ ਹੀ ਪੈ ਗਿਆ ਤੈਨੂੰ ਮੈਂ ਫਿਲਮ ਵਿਖਾਊਂਗਾ ਉਹ 'ਚ ਪੈਪ ਨਾਲ ਪੈਪ ਜੋੜ ਕੇ ਵੀ ਪਾ ਦਈਦਾ ਤੇਰੀ ਬੇਗਮ ਗੁੱਸਾ ਹੀ ਨਾ ਕਰੇ ਤੂੰ ਆਪਣੇ ਵਿਆਹ ਦੀ ਫਿਲਮ ਦਿਖਾ ਤੀ ਯਾਰ ਜਦੋਂ ਏਦਾਂ ਚਲੋ ਅੱਛਾ ਜੀ ਬੱਚੇ ਦਾ ਨਾਮ ਕੀ ਹੈ ਜੀ ਮਾੜਾ ਜੀ ਮਾੜਾ ਤੇ ਪਿਓ ਦਾ ਨਾਮ ਫਲਕਸ਼ੀਰ ਫਲਕ ਹੈ ਐਡਾ ਵੀ ਮਾੜਾ ਨਹੀਂ ਹੈ ਗੰਦੀ ਨਾ ਥੱਲੇ ਪੜ ਕੇ ਅੱਛਾ ਭਾਈ ਇਹ ਹਾਂਜੀ ਪੈਰ ਦੇ ਅੰਗੂਠੇ ਨਾਲ ਕਾਲ ਕੱਟੀ ਹੁੰਦੀ ਆ ਫਰਿਆਦ ਬੰਦ ਫਰਿਆਦ ਨਾਲ ਹੀ ਚ ਗੰਦਾ ਪਕਾਨਾ ਸੁੱਟਿਆ ਹੁੰਦਾ ਕਹਿਣ ਦਾ ਮਕਸਦ ਇਹ ਆ ਕੀ ਬਾਤ ਹੈ ਮਾਸ਼ਾਅੱਲਾ ਤੁਸੀਂ ਕੱਪੜੇ ਝਾੜ ਇਹ ਗੱਲ ਹੈ ਕਿ ਜਦੋਂ ਤੁਸੀਂ ਹੱਸਦੇ ਹੋ ਨਾ ਮਾਨ ਨਾ ਤੁਹਾਡੇ ਬੁੱਲ ਦੇਖ ਕੇ ਨਾ ਮੈਨੂੰ ਵਹਿਪੜ ਦੀ ਰਵੜ ਯਾਦ ਆ ਜਾਂਦੀ ਇਹ ਬੱਚੇ ਇਸ ਬੱਚੇ ਦੀ ਸ਼ਾਦੀ ਹੈ ਜੀ ਮੇਰੀ ਸ਼ਾਦੀ ਹੈ ਜੀ ਤੇ ਕਿੰਨੇ ਇੰਚ ਪੈਪ ਹੈਗਾ ਜੀ 9 ਇੰਚ ਜੀ 9 ਇੰਚ ਪੈਪ ਆ 9 ਇੰਚ ਪੈਪ ਆ ਹਾਂਜੀ ਹਾਂਜੀ ਉੱਤੇ ਧਾਗਾ ਬਲੇਡ ਲੈਣਾ ਕਿੱਥੇ ਹੋਰ ਪੈਪ ਜਿਹੜਾ ਵਾ 4 ਕੁ ਫੁੱਟ ਦਾ ਵਾ ਅੱਛਾ ਲੇਕਿਨ ਉਹ ਮੈਨੂੰ ਲੱਗਦਾ ਇਹਨਾਂ ਨੇ ਵਧਾਇਆ ਜਾਣ ਕੇ ਜੋੜ ਲੱਗਾ ਵਾ ਜੀ ਜੀ ਜੋੜ ਬੰਦ ਗਲੀ ਦਾ ਬਦਮਾਸ਼ ਹੁੰਦਾ ਕਹਿਣ ਦਾ ਮਕਸਦ ਇਹ ਆ ਨਿਕਾਹ ਸ਼ੁਰੂ ਕਰੋ ਤੇ ਜਨਾਬ ਨਿਕਾਹ ਪੜਾ ਦਿਓ ਤੁਹਾਨੂੰ ਤੁਹਾਡੇ ਨੈਣ ਨਕਸ਼ਾਂ ਦਾ ਵਾਸਤਾ ਤੁਹਾਡੀ ਆਵਾਜ਼ ਕੱਟ ਰਹੀ ਅੱਛਾ ਜੀ ਉਹ ਚਲੋ ਤੁਹਾਡੇ ਪਿਆਰ ਦੀ ਖਾਤਰ ਬੰਦਾ ਆਇਆ ਹਾਲਾਂਕਿ 1.5 ਦਰਜਨ ਆਂਡੇ ਦੀ ਉਹਦੀ ਵਿਕਣ ਵਾਲੀ ਪਈ ਓ ਯਾਰ ਲਓ ਜੀ ਬੇਟਾ ਤੁਹਾਨੂੰ ਆਂਟੀ ਜੀ ਤੁਹਾਨੂੰ ਆਇਆ ਬੱਚਾ ਓ ਮੁਗੀ ਉਹ ਨਿਕਾਹ ਕਰਾ ਦੇ ਓਏ ਤੁਹਾਨੂੰ ਕਹਿੰਦਾ ਜੀ ਇਹ ਬੱਚਾ ਕਬੂਲ ਹੈ ਜੀ ਕਬੂਲ ਹੈ ਕਬੂਲ ਹੈ ਮੁਬਾਰਕ ਹੋਵੇ ਮੁਬਾਰਕ ਕਿਆ ਨਿਕਾਹ ਕਰ ਲੈ ਵਾ ਓਏ ਭਾਈ ਮੈਨੂੰ ਕਬੂਲ ਆ 18,000 ਨਿਕਾਹ ਹੋ ਗਿਆ ਵਾ ਤੁਸੀਂ ਉੱਠ ਕੇ ਬਿੰਦ ਵੱਟ ਦਿਓ ਭਾਈ ਚਲੋ ਬਿੰਦ ਵੱਟ ਦਿਓ ਜੀ ਤੁਸੀਂ ਉਹ ਭਾਈ ਸਤਵੀ ਦਾ ਗੰਜਰ ਹੁੰਦਾ ਹੁਣ ਮੁਬਾਰਕ ਉਹ ਭਾਈ ਥਰਮੋਸ ਚ ਕੜੀ ਪਾਈ ਹੁੰਦੀ ਕਹਿਣ ਦਾ ਮਕਸਦ ਇਹ ਚਲਾਓ ਜੀ ਆਓ ਕਰੀ ਸਾਹਿਬ
ਲੋ ਤੁਸੀਂ ਅਗਲੇ ਮਹੱਲੇ ਜਾ ਕੇ ਜਨਾਜ਼ਾ ਵੀ ਪੜਾਉਣਾ ਹੈ ਹਾਂਜੀ ਠੀਕ ਹੈ ਲਓ ਜੀ ਮੁਬਾਰਕ ਹੋਵੇ ਚਲ ਮੁਬਾਰਕ ਹੋਵੇ ਲੈ ਲਈ ਹਾਂਜੀ ਮੁੰਡਿਆਂ ਤਲਾਕ ਦੇ ਦੇਵੇਂ ਹੋਣਾ ਪੈਸੇ ਦੇ 20000 ਨਹੀਂ ਇਦਾਂ ਤਲਾਕ ਨਹੀਂ ਹੋਣੀ ਹਾਂ ਨਹੀਂ ਹੋਣੀ ਇਦਾਂ ਤਲਾਕ ਕਿੱਥੇ ਹੋਣੀ ਚਲ ਸਾਹਿਬ ਕਿਉਂ ਇੱਕ ਦਫਾ ਟੱਚ ਹੋਣਾ ਪੈਣਾ ਇਹ ਤੂੰ ਆਪਣੀ ਭੈਣ ਲੈ ਕੇ ਆ ਉਹ ਜਿੰਨੂੰ ਤਲਾਕ ਹੋਈ ਆ ਇਹ ਸਵਾਗਰਾਤ ਹੋਣੀ ਆ ਚਲ ਸਾਹਿਬ ਕੋਈ ਨਹੀਂ ਹੋਣੀ ਹੈਗੀ 20000 ਦੇ ਉਹਨੂੰ ਉਹ ਮੁੰਡਾ ਕਹਿਣ ਦਿਆ ਤੂੰ ਇਦਾਂ ਕਰਨਾ ਤੂੰ ਮਾਰਕਲ ਦਾ ਨਿਸ਼ਾਨ ਲਾ ਦੇ चुप करके अपनी अखा चो पानी कड़ो उन्होंने वैसे कड़न दो छोटे ला देने भगूड़े की डोली थले आने आया तलाक दे पहले ही मैं थले आ गया अज मैं तां नूं जाणा चौधरानी जी ਚੰਦਰਾਣੀ ਨੇ ਤੈਨੂੰ ਅੱਜ ਉਹ ਦੁੱਧ ਪਿਆਉਣਾ ਹੀ ਜਿਹਦੇ ਉੱਤੇ ਦੋ ਬਦਾਮ ਹੁੰਦੇ ਆ ਅਸੀਂ ਪੀਣਾ ਨਹੀਂ ਅਸੀਂ ਖਰਾਬ ਕਰ ਦੇਣਾ ਓਏ ਤੂੰ ਦੁੱਧ ਚ ਨਾ ਛੁਆਰੇ ਪਾ ਕੇ ਲੈ ਕੀ ਗੱਲ ਅੰਦਰ ਕਰੰਟ ਪੈਣਾ ਤੈਨੂੰ ਮੇਰੇ ਬੈਰਿੰਗ ਕੁਛ ਨਹੀਂ ਹੋਣਾ ਤੈਨੂੰ ਕੁਛ ਵੀ ਨਹੀਂ ਹੋਣਾ ਉਹ ਹੋਰ ਔਰਤਾਂ ਹੁੰਦੀਆਂ ਉਹ ਮੇਰੇ ਬੈਰਿੰਗ ਥੋੜੇ ਢਿੱਲੇ ਹੋ ਜਾਣ ਨਾ ਉਹਨੇ ਕੀਤੇ ਆ ਉਹਨੂੰ ਕਹਿ ਉਹਨੇ ਕਿਹਾ ਅਸਾਂ ਤੇਰੀ ਇੱਜ਼ਤ ਆਏ सारी उम्र लाके चल जा